ਕਿ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਨਿਰਮਲ ਰਿਸ਼ੀ ਜੀ ਵਰਗੇ ਲੀਜੈਂਡ ਕਲਾਕਾਰ ਨੇ ਮਨਜੀਤ ਔਲਖ ਜੀ ਵਰਗੇ ਨੇ ਗੁਰਪ੍ਰੀਤ ਕੁੱਗੀ ਨੇ ਕਰਮਜੀਤ ਅਨਮੋਲ ਨੇ ਔਰ ਸਾਡੇ ਨਵੀਂ ਪੀੜੀ ਦੇ ਵੀ ਬਹੁਤ ਸਾਰੇ ਅੱਛੇ ਕਲਾਕਾਰ ਨੇ ਔਰ ਮੈਂ ਖੁਦ ਅਸੀਂ ਬਹੁਤ ਜ਼ਿਆਦਾ ਉਹ ਕਲਾਕਾਰ ਆ ਜਿਨ੍ਹਾਂ ਦੀ ਬੈਕਗ੍ਰਾਉਂਡ ਜਿਹੜੀ ਉਹ ਥੀਏਟਰ ਤੋਂ ਆ ਤੇ ਥੀਏਟਰ ਜਿਹੜਾ ਹਮੇਸ਼ਾ ਸੋਹਣੀ ਜ਼ਿੰਦਗੀ ਜੀਉਣ ਦਾ ਸੁਨੇਹਾ ਦਿੰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੰਨੇ ਗੈਰ ਜ਼ਿੰਮੇਵਾਰ ਹੋ ਸਕਦੇ ਹਾਂ ਕਿ ਅਸੀਂ ਐਹੋ ਜੀ ਕਿਸੇ ਫਿਲਮ ਦਾ ਹਿੱਸਾ ਬਣਾਂਗੇ ਜਿਹੜੀ ਦਿਲਾਂ ਨੂੰ ਠੇਸ ਪਹੁੰਚਾਵੇ ਸੋ ਬਹੁਤ ਬਹੁਤ ਸ਼ੁਕ ਕਰਤੇ ਕਲਾਕਾਰ ਜਿਹੜੇ ਕਿ ਸਾਨੂੰ ਦੱਸੇ ਕਿ ਜਿਹੜਾ ਵਿਵਾਦ ਜੋੜਿਆ ਗਿਆ ਹੈ ਉਹ ਵਿਵਾਦ ਕੁਝ ਹੈ ਨਹੀਂ ਲੇਕਿਨ ਵਿਵਾਦ ਨੂੰ ਇੱਕ ਵਿਵਾਦ ਦੇ ਨਾਮ ਤੇ ਇਸ ਲਈ ਖੜਾ ਕਰ ਦਿੱਤਾ ਗਿਆ ਤਾਂ ਕਿ ਫਿਲਮ ਨੂੰ ਰੁਕਿਆ ਜਾ ਸਕੇ ਚੰਡੀਗੜ੍ਹ ਤੋਂ ਕਮੇਰਾ ਵਿੱਚ ਸੁਮਿਤ ਕਲੀਅਰ ਦੇ ਨਾਲ ਅੰਕੁਸ਼ ਮਹਾਜਨ ਪੀਟੀਸੀ ਨਿਊਜ਼